ਤਸਵੀਰਾਂ 'ਚ ਨਜ਼ਰ ਆ ਰਿਹਾ ਇਹ 10 ਫੁੱਟ ਗਹਿਰਾ ਤੇ 50 ਫੁੱਟ ਖੱਡਾ ਜਿਸ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਸਮੱਸਿਆ ਦੇ ਪੱਟ ਦਿੱਤਾ ਗਿਆ ਅਤੇ ਹੁਣ ਇਸ ਖੱਡੇ ਦੇ ਕਾਰਨ ਉੱਥੇ ਦੇ ਲੋਕ ਪਰੇਸ਼ਾਨ ਹੋ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਇਸ ਖੱਡੇ ਦੇ ਕਾਰਨ ਉਹਨਾਂ ਦੇ ਮਕਾਨਾਂ ਨੂੰ ਵੀ ਖਤਰਾ ਹੋ ਸਕਦਾ ਹੈ। ਫਿਲਹਾਲ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਲੋਕਾਂ ਦੀ ਇਹ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ ਹੈ ਕਿਉਂਕਿ ਇਸ ਖੱਡੇ ਦੇ ਕਾਰਨ ਹੁਣ ਪਾਣੀ ਦੀ ਸਪਲਾਈ ਦੀ ਪਾਈਪ ਵੀ ਟੁੱਟ ਗਈ ਹੈ ਅਤੇ ਲੋਕ ਸਾਫ਼ ਪਾਣੀ ਨੂੰ ਤਰਸ ਗਏ ਨੇ ਕਿਉਂਕਿ ਸਾਫ਼ ਪਾਣੀ ਦੇ ਵਿੱਚ ਹੁਣ ਸੀਵਰੇਜ ਦਾ ਪਾਣੀ ਮਿਕਸ ਹੋ ਗਿਆ। ਇਹ ਮਾਮਲਾ ਖਰੜ ਤੋਂ ਸਾਹਮਣੇ ਆਇਆ ਜਿੱਥੇ ਬਿਨਾਂ ਕਿਸੇ ਸਮੱਸਿਆ ਦੇ ਅਤੇ ਬਿਨਾਂ ਕਿਸੇ ਮੰਗ ਦੇ ਖਰੜ ਨਗਰ ਨਿਗਮ ਦੇ ਅਧਿਕਾਰੀਆਂ ਨੇ ਓਮ ਇਨਕਲੇਵ ਦੇ ਅੰਦਰ 10 ਫੁੱਟ ਗਹਿਰਾ ਤੇ 50 ਫੁੱਟ ਲੰਬਾ ਖੱਡਾ ਪੱਟ ਦਿੱਤਾ ਜਿਸ ਨਾਲ ਉੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਇਸ ਖੱਡੇ ਦੇ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ। ਅਤੇ ਇਸ ਮੌਕੇ ਪੰਜਾਬ ਭਾਜਪਾ ਦੇ ਨੇਤਾ ਵਿਨੀਤ ਜੋਸ਼ੀ ਉੱਥੇ ਪਹੁੰਚੇ ਅਤੇ ਲੋਕਾਂ ਦੀ ਸਾਰ ਲਈ ਅਤੇ ਉਹਨਾਂ ਵੱਲੋਂ ਵੀ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਜੰਮ ਕੇ ਆਪਣੀ ਭੜਾਸ ਕੱਢੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਖੱਡੇ ਦੇ ਕਾਰਨ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਹ ਖੱਡਾ ਅਜੇ ਭਰਿਆ ਨਹੀਂ ਗਿਆ, ਅਜਿਹੇ ਦੇ ਵਿੱਚ ਜਦੋਂ ਬਰਸਾਤ ਹੋਵੇਗੀ ਤਾਂ ਇੱਥੇ ਕਈ ਫੁੱਟ ਤੱਕ ਪਾਣੀ ਖੜ ਜਾਵੇਗਾ ਜਿਸ ਕਾਰਨ ਇਹ ਖੱਡਾ ਵੀ ਨਜ਼ਰ ਨਹੀਂ ਆਵੇਗਾ, ਜਿਸ ਕਾਰਨ ਇਸ ਖੱਡੇ ਦੇ ਵਿੱਚ ਲੋਕ ਵੀ ਡਿੱਗ ਸਕਦੇ ਨੇ। ਖੱਡੇ ਦੇ ਨਾਲ ਲੱਗਦੀ ਬਿਜਲੀ ਦੀਆਂ ਤਾਰਾਂ ਦੇ ਖੰਭੇ ਤੇ 3 ਮੰਜ਼ਿਲਾ ਫਲੈਟ ਵੀ ਡਿੱਗ ਸਕਦੇ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਫਿਲਹਾਲ ਇਸ ਮੌਕੇ ਭਾਜਪਾ ਆਗੂ ਨੇ ਹੋਰ ਕੀ ਕੁਝ ਕਿਹਾ, ਤੁਸੀਂ ਖੁਦ ਹੀ ਸੁਣੋ। ਖਰੜ ਮਿਊਨਿਸਪੈਲਿਟੀ ਨੇ ਕੰਮ ਕੀਤਾ, ਇਹ ਬਿਨਾਂ ਪੁੱਛੇ ਕੀਤਾ, ਬਿਨਾਂ ਮੰਗੇ ਕੀਤਾ। ਇਹ ਉਹ ਮਨਕਲੇਵ ਜਿੱਥੇ ਅਸੀਂ ਖੜ੍ਹੇ ਹਾਂ, ਇਹਨਾਂ ਵਸਨੀਕਾਂ ਨੇ ਨਹੀਂ ਕਿਹਾ ਕਿ ਸੀਵਰੇਜ ਦੀ ਪ੍ਰੋਬਲਮ ਹੈ, ਇਹਨਾਂ ਵਸਨੀਕਾਂ ਨੇ ਨਹੀਂ ਕਿਹਾ ਕਿ ਸਾਨੂੰ ਕੋਈ ਪਾਣੀ ਦੀ ਪ੍ਰੋਬਲਮ ਹੈ। ਇਹ ਬਿਨਾਂ ਪੁੱਛੇ ਬਿਨਾਂ ਮੰਗੇ ਖਰੜ ਮਿਊਨਿਸਪੈਲਿਟੀ ਨੇ ਇੱਥੇ ਕੰਮ ਸ਼ੁਰੂ ਕਰਤਾ। ਹੁਣ ਜਿਹੜਾ ਕੰਮ ਉਹਨਾਂ ਤੋਂ ਪਿੱਛੇ 3-4 ਸਾਲ ਤੋਂ ਮੰਗਦੇ ਪਏ ਆ ਵੀ ਇੱਥੇ ਪਾਣੀ ਇਕੱਠਾ, ਦੀਵਾਰ ਦੇ ਪਰਲੇ ਪਾਸੇ ਇਕੱਠਾ ਹੁੰਦਾ, ਅੰਦਰ ਆਉਂਦਾ ਲੋਕਾਂ ਦੇ ਘਰਾਂ 'ਚ 3-3, 4-4 ਫੁੱਟ ਪਾਣੀ ਚੱਲਦਾ, ਉਹ ਸਮੱਸਿਆ ਠੀਕ ਨਹੀਂ ਕੀਤੀ, ਇਹ ਸ਼ੁਰੂ ਕਰਤਾ। ਇਹ ਸ਼ੁਰੂ ਕੀਤਾ ਤੇ ਇੱਥੇ ਪਾਈਪ ਪਾਣੀ ਦੀ ਸੀਗੀ ਉਹ ਤੋੜਤੀ, ਪਾਣੀ ਦੀ ਪਾਈਪ ਤੋੜੀ ਤੇ ਇਹਨਾਂ ਘਰਾਂ ਨੂੰ ਪਾਣੀ ਮਿਲਣਾ ਹੀ ਬੰਦ ਹੋ ਗਿਆ। ਫਿਰ ਪਾਈ ਔਖੇ ਸੌਖੇ, ਹਾਲਾਂਕਿ ਲੀਕ ਹੋ ਰਹੀ ਹੈ, ਸੀਵਰੇਜ ਦਾ ਪਾਣੀ ਉਹਦੇ ਵਿੱਚ ਮਿਕਸ ਹੋ ਰਿਹਾ, ਦਿਖਦਾ ਪਿਆ, ਸਾਨੂੰ ਸਭ ਦਿਖਦਾ ਪੈਣਾ। ਇਹਦੇ ਨਾਲ ਨਾਲ ਫਿਰ ਇਹਨੂੰ ਪੁੱਛੋ ਵੀ ਸੀਵਰੇਜ ਜੇ 10 ਫੁੱਟ ਥੱਲੇ ਸੀਗੀ ਉਹਦੇ ਉੱਪਰ ਜਿਹੜੀ ਪਾਈਪ ਤੁਸੀਂ ਪਾ ਰਹੇ ਸੀ ਪੈਰਲਲ ਪਾਈਪ, ਉਹ ਟੁੱਟ ਕਿਉਂ ਗਈ? ਟੁੱਟ ਇਸ ਲਈ ਗਈ ਵੀ ਘਟੀਆ ਪਾਈਪ ਪਾ ਰਹੇ ਸੀ। ਕੁੱਲ ਮਿਲਾ ਕੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡਾ ਕੋਈ ਸਕੈਂਡਲ ਹੈ, ਇਹਦੇ ਪਿੱਛੇ ਕੋਈ ਬਹੁਤ ਵੱਡੀ ਭੂ ਮਾਫੀਆ ਜਾਂ ਰੀਅਲ ਇਸਟੇਟ ਦਾ ਕੋਈ ਬਹੁਤ ਵੱਡਾ ਬੰਦਾ ਹੈ ਜਿਹੜਾ ਇਸ ਏਰੀਏ 'ਚ ਕੰਮ ਕਰਵਾ ਰਿਹਾ। ਸ਼ਾਇਦ ਪਿਛਲੇ ਪਾਸੇ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੋਣੀ। ਪਾਣੀ ਇੱਥੇ ਇੰਨਾ ਦਾ, ਦੇਖੋ ਬਿਲਡਿੰਗ ਜਿਹੜੀ ਖੱਬੇ ਪਾਸੇ ਗਿਰਨ ਲੱਗੀ, ਟੱਡੀ ਹੋ ਗਈ ਹੈ, ਤਾਂ ਉੱਪਰ ਕੈਮਰਾ ਮਾਰ ਕੇ ਦੇਖੋਗੇ ਤਾਂ ਬਿਲਡਿੰਗ ਖੱਬੇ ਪਾਸੇ ਨੂੰ ਥੱਲੇ ਗਿਰਨੀ ਸ਼ੁਰੂ ਹੋ ਗਈ ਹੈ। ਠੀਕ ਹੈ, ਇਹ ਥੱਲੇ ਨਹੀਂ, ਅਨਸੇਫ ਨਹੀਂ ਹੋ ਰਿਹਾ, ਗਿਰਨੀ ਸ਼ੁਰੂ ਕਿਉਂ ਕਿ ਇੱਥੇ ਪਾਣੀ ਇਕੱਠਾ ਹੁੰਦਾ। ਇਹ ਮੰਗ 4-5 ਸਾਲਾਂ ਤੋਂ ਹੈ ਕਿ ਇਹਨੂੰ ਠੀਕ ਕਰੋ, ਉਹ ਠੀਕ ਕੀਤਾ ਨਹੀਂ, ਇਹ ਨਿਆ ਸਿਆਪਾ ਪਾ ਗਏ। ਹੁਣ ਜਦ ਇੱਥੇ ਪਾਣੀ ਆ ਜਾਏਗਾ, 3-3, 4 ਦਿਨ ਬਾਅਦ ਬਾਰਿਸ਼ ਆਏਗੀ, ਪਾਣੀ ਭਰ ਜਾਏਗਾ, ਇਸੇ ਟਾਈਲਾਂ ਥੱਲੇ ਗਿਰਨਗੀਆਂ, ਇਹ ਬਿਜਲੀ ਦੇ ਖੰਭੇ ਥੱਲੇ ਗਿਰਨਗੇ, ਇਹ ਬਿਲਡਿੰਗ ਗਿਰਨ ਦਾ ਖਤਰਾ ਹੋ ਸਕਦਾ ਹੈ, ਔਰ ਇੱਥੇ ਦੇ ਲੋਕ ਜਦ ਨਿਕਲਣਗੇ ਉਹ ਵੀ ਵਿੱਚ ਗਿਰ ਸਕਦੇ ਨੇ। ਮੇਰੀ ਮੰਗ ਹੈ, ਆਮ ਆਦਮੀ ਪਾਰਟੀ ਦੇ ਮੰਤਰੀ ਅਨਮੋਲ ਗਗਨ ਮਾਨ ਤੋਂ ਮੰਗ ਹੈ, ਜਿਹੜੀ ਸੁੱਤੀ ਰਹਿੰਦੀ ਹੈ, ਜਿਹੜੀ ਆਪਣੇ ਇਲਾਕੇ 'ਚ ਘੁੰਮਦੀ ਨਹੀਂ ਹੈ, ਪਤਾ ਨਹੀਂ ਕਿਹੜੇ ਪਾਸੇ ਬਿਜ਼ੀ ਰਹਿੰਦੀ ਹੈ, ਵੀ ਆ ਕੇ ਦੇਖ ਕੀ ਹਾਲ ਹੈ, ਘੱਟ ਤੋਂ ਘੱਟ ਇਹਨੂੰ ਠੀਕ ਕਰਾ, ਜਿਹੜੇ ਆਪ ਦੇ ਇਲਾਕੇ ਦੇ ਲੋਕਾਂ ਦੀ ਜਾਨ ਮਾਲ ਦੀ ਰਕਸ਼ਾ ਕਰ। ਪ੍ਰਸ਼ਾਸਨ ਦੀ ਇਹੀ ਮੰਗ ਹੈ ਸਰ ਸਾਡੀ ਕਿ ਇਹਨੂੰ ਠੀਕ ਕਰਵਾਇਆ ਜਾਵੇ, ਕਿ ਪਾਣੀ ਬਹੁਤ ਜ਼ਿਆਦਾ ਆਉਂਦਾ, ਸਮਾਨ ਖਰਾਬ ਹੁੰਦਾ ਸਰ। ਇਹ ਸਾਡੇ ਨਾਲ ਸਾਹਮਣੇ ਵਾਲੇ ਆ ਭਾਜੀ, ਉਹਨਾਂ ਦਾ ਬਹੁਤ ਜ਼ਿਆਦਾ ਸਮਾਨ ਖਰਾਬ ਹੋਇਆ ਹੈ, ਸਾਰੇ ਨੀਚੇ ਗਰਾਊਂਡ ਫਲੋਰ ਵਾਲਿਆਂ ਦਾ, ਸਾਰਿਆਂ ਦਾ ਸਮਾਨ ਖਰਾਬ ਹੁੰਦਾ ਸਰ, ਹਰ ਸਾਲ ਇਹੀ ਕੰਮ, ਇਹੀ ਦਿੱਕਤ ਹੈ। ਅਸੀਂ ਨਕੋਦਰ ਗਏ ਸੀ ਮੱਥਾ ਟੇਕਣ, ਅਤੇ ਉੱਥੇ ਉਸ ਤੋਂ ਬਾਅਦ ਘਰ ਆਏ, ਅਤੇ ਘਰ ਆ ਕੇ ਦੇਖਿਆ ਤਾਂ ਸਾਡਾ ਸਾਰਾ ਬੈੱਡ ਤੱਕ ਡੁੱਬੇ ਹੋਏ ਸੀ ਪਾਣੀ ਦੇ ਵਿੱਚ। ਅਸੀਂ ਹੁਣ ਇੰਨੇ ਦਿਨ ਹੋ ਗਏ ਸੁਕਾ ਰਹੇ ਹਾਂ, ਨਹੀਂ ਪਾਣੀ, ਇੰਨੀ ਸਮੈਲ ਆ ਰਹੀ, ਅੰਦਰ ਨਹੀਂ ਵੜਿਆ ਜਾ ਰਿਹਾ, ਤੁਸੀਂ ਜਾ ਕੇ ਦੇਖੋ। ਦੋ ਮੈਂ
ਬਹੁਤ ਨੁਕਸਾਨ ਹੋਇਆ ਸਾਡਾ। ਜ਼ਿੰਮੇਦਾਰ ਤੁਹਾਨੂੰ ਕੀ ਲੱਗਦਾ ਕੌਣ ਹੈ? ਪ੍ਰਸ਼ਾਸਨ ਹੀ ਆ ਜੀ, ਇਹ ਸਾਰਾ ਦੇਖਦੇ ਨਹੀਂ, ਇਹ ਟੋਬੇ ਦਾ ਕੰਮ। ਜਿੰਨਾ ਹੁੰਦਾ ਕਰੀ ਜਾ ਰਹੇ ਬੇਚਾਰੇ, ਬਾਕੀ ਸਾਡੀ ਹੋਰ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਜੀ।